ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੋਏ ਦੋ ਫਾੜ ਤੋਂ ਬਾਅਦ ਜਿੱਥੇ ਇੱਕ ਪਾਸੇ ਚਰਚਾਵਾਂ ਇਹ ਚੱਲਦੀਆਂ ਪਈਆਂ ਸਨ ਕਿ ਦੂਜਾ ਧਿਰ ਬਾਗੀ ਧਿਰ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਅਲੱਗ ਪਾਰਟੀ ਬਣਾਵੇਗਾ, ਇਹਨਾਂ ਸਭ ਸਵਾਲਾਂ ਤੇ ਵਿਰਾਮ ਲਗਾਉਂਦਿਆਂ ਹੋਇਆਂ SGPC ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਹੈ। ਉਹਨਾਂ ਨੇ ਕਿਹਾ ਹੈ ਕਿ ਉਹ ਕੋਈ ਵੀ ਰਾਜਨੀਤਿਕ ਪਾਰਟੀ ਦਾ ਗਠਨ ਨਹੀਂ ਕਰਨਗੇ, ਬਲਕਿ ਸ਼੍ਰੋਮਣੀ ਅਕਾਲੀ ਦਲ ਬਚਾਓ ਮੁਹਿੰਮ ਚਲਾਉਣਗੇ, ਜਿਸ ਦੇ ਤਹਿਤ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਘਰਾਂ ਘਰਾਂ ਦੇ ਵਿੱਚ ਜਾ ਕੇ ਸ਼੍ਰੋਮਣੀ ਅਕਾਲੀ ਦਲ ਦੀ ਸਫਲਤਾ ਦੀਆਂ ਉਚਾਈਆਂ ਤੇ ਲੋਕਾਂ ਨੂੰ ਜਾਣੂ ਕਰਵਾਇਆ ਜਾਵੇਗਾ ਤੇ ਰਾਏ ਲਈ ਜਾਵੇਗੀ। ਇਸ ਸੰਬੰਧ ਦੇ ਵਿੱਚ ਆਯੋਜਿਤ ਪੱਤਰਕਾਰਾਂ ਨਾਲ ਗੱਲਬਾਤ ਬੀਬੀ ਜਗੀਰ ਕੌਰ ਨੇ ਕਿਹਾ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਨਹੀਂ, ਸਗੋਂ ਸੁਖਬੀਰ ਬਾਦਲ ਨੂੰ ਪਾਰਟੀ ਪ੍ਰਧਾਨ ਦੇ ਅਸਤੀਫੇ ਤੋਂ ਉਤਾਰਨ ਦੀ ਮੰਗ ਕਰਦੇ ਪਏ ਹੈ। ਲੋਕਾਂ ਨੂੰ ਤੰਗ ਕਰਨ ਵਾਸਤੇ ਪੂਰੇ 5 ਦਿਨ ਹੋ ਗਏ ਹੈ, ਉਹ ਪਾਈਪਾਂ ਪਾ ਕੇ ਸਾਰੇ ਰਾਹ ਬੰਦ ਕਰ ਦਿੱਤੇ। ਇਸੇ ਤਰ੍ਹਾਂ ਕਾਂਗਰਸ ਵਾਲੇ ਜੋ ਗੱਡੀ ਪੂਰੇ ਪੰਜਾਬ ਦੇ ਲੀਡਰਾਂ ਦੀ ਸਾਰੇ ਇੱਥੇ ਬੜੇ ਹੋਏ ਹੈ। ਇੱਕ ਅਸੀਂ ਹੈ ਜਿਹੜੇ ਸ਼੍ਰੋਮਣੀ ਅਕਾਲੀ ਦਲ ਵਾਲੇ ਬੜੇ ਆਰਾਮ ਦੇ ਨਾਲ ਚੱਲ ਰਹੇ ਹਾਂ। ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਕੈਂਡੀਡੇਟ ਖੜਾ ਕੀਤਾ ਔਰ ਬੜੀ ਨਿਮਰਤਾ ਦੇ ਨਾਲ ਅਸੀਂ ਸਾਰਾ ਚੋਣ ਪ੍ਰਚਾਰ ਕੀਤਾ। ਸਿਰਫ ਅਸੀਂ ਡੋਰ ਟੂ ਡੋਰ ਜਾ ਕੇ ਜਾਂ ਛੋਟੀਆਂ ਛੋਟੀਆਂ ਮੀਟਿੰਗਾਂ ਕਰਕੇ ਲੋਕਾਂ ਦਾ ਬੜਾ ਵਧੀਆ ਰਿਸਪੋਂਸ ਹੈ। ਵੋਟ ਕਿੰਨੀ ਪੈਣੀ ਹੈ ਕਿੰਨੀ ਨਹੀਂ ਪੈਣੀ ਇਹ ਬਾਅਦ ਵਿੱਚ ਪਰਸੋਂ ਪਤਾ ਲੱਗੇਗਾ। ਅਤੇ ਮੈਂ ਜਿੱਥੇ ਸ਼ਹਿਰ ਵਾਸੀਆਂ ਨੇ ਸਾਡਾ ਬਹੁਤ ਸਹਿਯੋਗ ਦਿੱਤਾ ਉਹਨਾਂ ਦਾ ਧੰਨਵਾਦ ਕਰਦੀ ਹਾਂ। ਉੱਥੇ ਮੈਂ ਸਮਝਦੀ ਹਾਂ ਕਿ ਸ਼ਹਿਰ ਵਾਸੀ ਜ਼ਰੂਰ ਇਸ ਗੱਲ ਦਾ ਧਿਆਨ ਰੱਖਣਗੇ ਕਿ ਪੰਜਾਬ ਸਰਕਾਰ ਦਾ ਅੱਜ ਲਾਅ ਐਂਡ ਆਰਡਰ ਕੀ ਹੈ, ਪੰਜਾਬ ਸਰਕਾਰ ਨੇ ਵਿਕਾਸ ਕੀ ਕੀਤਾ, ਪੰਜਾਬ ਸਰਕਾਰ ਨੇ ਕਿਹੜੀਆਂ ਲੋਕਾਂ ਨੂੰ ਸਰਵਿਸਿਜ਼ ਦਿੱਤੀਆਂ, ਕੀ ਮੁਸ਼ਕਲਾਂ ਹੱਲ ਕੀਤੀਆਂ। ਮੇਰਾ ਖਿਆਲ ਜਿੰਨਾ ਜਲੰਧਰ ਪੱਛਮੀ ਦਾ ਬੁਰਾ ਹਾਲ ਹੈ ਸਾਰਾ ਛੱਡ ਇੱਕ ਪਾਸੇ ਕਰ ਲਓ, ਜੇ ਉੱਥੇ ਦੜਾ ਜ਼ੋਰਾਂ 'ਤੇ ਹੈ, ਨਸ਼ਿਆਂ ਦਾ ਕੰਮ ਉੱਥੇ ਜ਼ੋਰਾਂ 'ਤੇ ਹੈ, ਜਾਲੀ ਲਾਟਰੀਆਂ ਦਾ ਕੰਮ ਉੱਥੇ ਜ਼ੋਰਾਂ 'ਤੇ ਹੈ, ਇਹ ਸਾਰਾ ਕੁਝ ਹੀ ਹੈ ਅਤੇ ਸਰਕਾਰ ਇੱਥੇ ਬੈਠੀ ਕੀ ਕਰ ਰਹੀ ਹੈ। ਮੁੱਖ ਮੰਤਰੀ ਜੀ ਆਪ ਲਗਾਤਾਰ 15 ਦਿਨ ਤੋਂ ਇੱਥੇ ਡੇਰੇ ਲਾਈ ਬੈਠੇ ਹੈ ਅਤੇ ਜੇ ਉਹਨਾਂ ਨੇ ਲੋਕਾਂ ਨੂੰ ਇਸ ਗੱਲ ਤੋਂ ਵੀ ਰਾਹਤ ਨਹੀਂ ਦਿੱਤੀ ਫਿਰ ਫਾਇਦਾ ਕੀ ਹੋਇਆ। ਅੱਜ ਪੰਜਾਬ ਦੀ ਡਿਵੈਲਪਮੈਂਟ ਸਾਰੀ ਬੰਦ ਹੋਈ ਪਈ ਹੈ, ਪੰਜਾਬ ਦੇ ਵਿੱਚ ਸਾਰੇ ਚਲੁੱਟਾ ਖੋਹਾਂ ਅਤੇ ਰਾਹ ਜਾਂਦੇ ਲੋਕਾਂ ਨੂੰ ਜੋ ਚੈਨੀਆਂ ਖੋਹ ਲੈਂਦਾ, ਕੋਈ ਪਰਸ ਖੋਹ ਲੈਂਦਾ, ਕੋਈ ਮੋਬਾਈਲ ਖੋਹ ਲੈਂਦਾ, ਦਿਨ ਦਿਹਾੜੇ ਡਾਕੇ, ਦਿਨ ਦਿਹਾੜੇ ਲੋਕਾਂ ਦੇ ਕਤਲ ਜੋ ਹੋ ਰਹੇ ਹੈ, ਕੋਈ ਕਿਸੇ ਕਿਸਮ ਦਾ ਹੱਲ ਨਹੀਂ ਕਰ ਰਿਹਾ। ਸੋ ਮੈਂ ਆਪਣੇ ਉਸ ਹਲਕੇ ਦੇ ਜਲੰਧਰ ਪੱਛਮੀ ਦੇ ਹਲਕਿਆਂ ਨੂੰ ਬੇਨਤੀ ਕਰਦੀ ਹਾਂ ਕਿ ਤੁਸੀਂ ਸਾਡੇ ਸਮੇਂ ਵੀ ਦੇਖਿਆ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਜਿੰਨਾ ਸ਼ਹਿਰ ਦੀ ਡਿਵੈਲਪਮੈਂਟ ਹੋਈ ਹੈ, ਮੇਰਾ ਖਿਆਲ ਇਹ ਸਾਰੀ ਉਸ ਸਰਕਾਰ ਵੇਲੇ ਹੋਈ ਹੈ। ਉਸ ਤੋਂ ਬਾਅਦ ਕੋਈ ਵੀ ਡਿਵੈਲਪਮੈਂਟ ਨਜ਼ਰ ਨਹੀਂ ਆਉਂਦੀ, ਕੋਈ ਸੀਵਰੇਜ ਦੇ ਕੰਮ ਹੋਣ, ਕੋਈ ਵਾਟਰ ਸਪਲਾਈ ਦੇ ਕੰਮ ਹੋਣ, ਭਾਵੇਂ ਪੁਲਾਂ ਦੀ ਗੱਲ ਹੋਵੇ, ਭਾਵੇਂ ਕੋਈ ਵੱਡਾ ਸਾਡਾ ਮਿੰਨੀ ਸੈਕਟਰੀਏਟ ਬਣਿਆ, ਉਹ ਵੀ ਸਾਰਾ ਉਸ ਵੇਲੇ ਦਾ ਬਣਿਆ। ਜਿੰਨੀਆਂ ਸਹੂਲਤਾਂ ਉਸ ਵੇਲੇ ਦਿੱਤੀਆਂ ਸੀ, ਸੁਵਿਧਾ ਕੇਂਦਰ ਬਣਾਏ, ਸੇਵਾ ਕੇਂਦਰ ਬਣਾਏ, ਉਹ ਸਾਰੇ ਬੰਦ ਕਰਕੇ ਇਹਨਾਂ ਨੇ ਆਮ ਆਦਮੀ ਕਲੀਨਿਕਾਂ ਬਣਾਉਣੀਆਂ ਸ਼ੁਰੂ ਕੀਤੀਆਂ ਪਿੰਡਾਂ 'ਚ, ਪਰ ਉਹ ਸਾਰੀਆਂ ਦੀਆਂ ਸਾਰੀਆਂ ਬੰਦ। ਸਿਰਫ ਫੋਟੋ ਲਾਉਣੀ ਸੀ ਭਗਵੰਤ ਮਾਨ ਜੀ ਨੇ ਕਿ ਆਪਣੀ ਫੋਟੋ ਲਾ ਕੇ ਦੱਸਣਾ ਸੀ, ਨਹੀਂ ਤਾਂ ਕਿਸੇ ਵੱਡੇ ਹਸਪਤਾਲ ਵਿੱਚ ਤੁਸੀਂ ਇੱਥੇ ਸਿਵਲ ਹਸਪਤਾਲ ਚਲੇ ਜਾਓ, ਕੋਈ ਡਾਕਟਰ ਨਹੀਂ ਲੱਭ ਰਿਹਾ, ਕੋਈ ਉੱਥੇ ਮਸ਼ੀਨਰੀ ਨਹੀਂ ਚੱਜ ਦੀ ਲੱਭ ਰਹੀ, ਤੁਹਾਨੂੰ ਕੀ ਲੋੜ ਪਈ ਸੀ ਆਮ ਆਦਮੀ ਕਲੀਨਿਕ ਖੋਲ੍ਹਣ ਦੀ? ਜੇ ਤੁਸੀਂ ਕੋਈ ਸੇਵਾਵਾਂ ਨਹੀਂ ਸੀ ਦੇ ਸਕਦੇ, ਜੇ ਤੁਸੀਂ ਲੋਕਾਂ ਦੀ ਸਹੂਲਤ ਨਹੀਂ ਸੀ ਦੇ ਸਕਦੇ, ਤਾਂ ਫਿਰ ਲੋੜ ਕੀ ਸੀ ਇੰਨੇ ਸੈਂਟਰ ਖੋਲ੍ਹਣ ਦੀ? ਕਮ ਸੇ ਕਮ ਤੁਸੀਂ ਉਸ ਹਸਪਤਾਲ ਨੂੰ ਸਟਰੋਂਗ ਕਰੋ ਜਿਹੜੇ ਹਸਪਤਾਲ 'ਚ ਲੋਕ ਆ ਕੇ ਆਪਣੇ ਇਲਾਜ ਕਰਾ ਸਕਣ। ਸੋ ਐਜੂਕੇਸ਼ਨ ਦਾ ਬੁਰਾ ਹਾਲ ਹੈ, ਕਹਿੰਦੇ ਤਾਂ ਹੈਗੇ ਨੇ ਸਕੂਲਾਂ ਦੇ ਵਿੱਚ ਅਸੀਂ ਬੜਾ ਜੀ ਸਮਾਰਟ ਸਕੂਲ ਬਣਾਤੇ, ਜਿਹੜੇ ਅਸੀਂ ਮੈਰੀਟੋਰੀਅਸ ਸਕੂਲ ਖੋਲ੍ਹੇ ਸੀ ਜਿਹਦੇ ਵਿੱਚ 80% ਕੋਈ ਬੱਚਾ ਭਾਵੇਂ ਗਰੀਬ ਦਾ ਹੋਵੇ, ਭਾਵੇਂ ਕੋਈ ਪੜ੍ਹਨ ਵਾਲਾ ਸਰਕਾਰੀ ਸਕੂਲ ਵਿੱਚ ਹੋਵੇ, ਉਹਦੇ ਵਾਸਤੇ 80% ਜਿਸ ਬੱਚੇ ਦੇ ਨੰਬਰ ਸੀ ਉਹ 80% ਲੈ ਕੇ ਉਸ ਸਕੂਲ ਵਿੱਚ ਜਾਂਦਾ ਸੀ।
ਔਰ ਮੇਰਾ ਖਿਆਲ ਹੈ ਕਿ ਇੰਨੇ ਵਧੀਆ ਰਿਜ਼ਲਟ ਹੁੰਦੇ ਸੀ, ਇੰਨੇ ਵਧੀਆ ਉੱਥੇ ਐਫੀਸ਼ੀਐਂਟ ਟੀਚਰ ਸੀ, ਉਹ ਸਾਰਾ ਕੁਝ ਅੱਜ ਠੱਪ ਹੋ ਕੇ ਬਹਿ ਗਿਆ। ਜੇ ਅਸੀਂ ਉਸ ਵੇਲੇ ਕੰਮ ਕੀਤੇ ਆਰਮ ਫੋਰਸਿਸ ਵਾਸਤੇ, ਅਸੀਂ ਬਾਬਾ ਮਹਾਰਾਜ ਰਣਜੀਤ ਸਿੰਘ ਮੋਹਾਲੀ ਦੇ ਵਿੱਚ ਇੱਕ ਸਕੂਲ ਖੋਲ੍ਹਿਆ, ਮਾਤਾ ਭਾਗੋ ਦੇ ਨਾਂ ਦੇ ਉੱਤੇ ਖੋਲ੍ਹਿਆ, ਜਿੱਥੋਂ NDA ਵਿੱਚ ਸਾਡੇ ਬੱਚੇ ਜਾਂਦੇ ਸੀਗੇ। ਮੇਰਾ ਖਿਆਲ ਹੈ ਕਿ ਇਸ ਵਾਰੀ ਵੀ 6-7 ਤੋਂ ਵੱਧ ਬੱਚੇ ਜਿਹੜੇ ਆ ਉਹ ਸਿਲੈਕਟ ਹੋਏ NDA ਦੇ ਵਿੱਚ। ਸੋ ਇਹ ਸਾਰੇ ਹੁੰਦੇ ਨੇ ਕੰਮ ਕਰਕੇ ਦਿਖਾਉਣ ਵਾਲੇ, ਪਰ ਇਸ ਸਰਕਾਰ ਨੇ ਇੱਕ ਵੀ ਕੰਮ ਕਰਕੇ ਨਹੀਂ ਵਿਖਾਇਆ। ਜਿੱਥੇ ਵੀ ਅਸੀਂ ਗਏ ਹਾਂ, ਆ ਇਹਨਾਂ ਦੇ ਮਹੱਲੇ ਦੇ ਵਿੱਚ ਬਸਤੀ ਮਿੱਠੂ ਲਾ ਲਓ ਜਾਂ ਪੱਛਮੀ ਜਲੰਧਰ ਲਾ ਲਓ, ਹਰ ਇੱਕ ਨੇ ਕਿਹਾ ਵੀ ਸੀਵਰੇਜ ਦਾ ਬੜਾ ਬੁਰਾ ਹਾਲ ਹੈ, ਹਰ ਇੱਕ ਨੇ ਕਿਹਾ ਕਿ ਲਾਈਟ ਦਾ ਬੜਾ ਬੁਰਾ ਹਾਲ ਹੈ, ਹਰ ਇੱਕ ਨੇ ਕਿਹਾ ਇਲੈਕਟ੍ਰੀਸਿਟੀ ਦੀਆਂ ਸਾਰੇ ਤਾਰਾਂ ਜਿਹੜੀਆਂ ਇਹ ਬੜਾ ਬੁਰਾ ਹਾਲ ਹੈ। ਫਿਰ ਆਪਾਂ ਇੱਥੇ ਉਹ ਕਹਿੰਦੇ ਜੀ ਹੁਣ ਕਰ ਕਹਿੰਦੇ ਵੀ ਕਿੱਥੇ ਕੂੜਾ ਅਸੀਂ ਚੁੱਕ ਦਈਏ, ਕਿੱਥੇ ਤੁਹਾਡਾ ਢੇਰ ਕੋਈ ਲੱਗਾ, ਉਹ ਕਹਿੰਦੇ ਜੀ ਇੱਥੋਂ ਹੀ ਚੱਕ ਦਿਓਗੇ, ਬਾਕੀ ਸ਼ਹਿਰ ਵੀ ਦੇਖ ਲਓ ਜਾ ਕੇ। ਸੋ ਤੁਸੀਂ ਇੱਥੇ ਰਹਿਣ ਵਾਲੇ ਹੋ, ਤੁਹਾਨੂੰ ਵੀ ਪਤਾ ਹੀ ਹੈ ਕਿ ਹਾਲਾਤ ਅੱਜ ਕੀ ਬੜੇ ਪਏ। ਬਸ ਜੀ ਬਿਜਲੀ ਮੁਫਤ ਕਰ ਦਿੱਤੀ, ਕਿੰਨੀ ਬਿਜਲੀ ਮੁਫਤ ਕੀਤੀ, 600 ਯੂਨਿਟ, 400 ਯੂਨਿਟ ਤਾਂ ਪਹਿਲਾਂ ਹੀ ਸੀ, ਜੇ 400 ਯੂਨਿਟ ਪਹਿਲਾਂ ਹੀ ਸੀ ਅੱਜ 200 ਯੂਨਿਟ ਤੁਸੀਂ ਕਰਕੇ ਤਾਂ ਇਹਦਾ ਸਾਰਾ ਕ੍ਰੈਡਿਟ ਲੈਣਾ ਚਾਹੁੰਦੇ ਹੋ, ਅਤੇ ਬਾਕੀ ਲੋਕ ਜਿਹੜੇ ਹੈ ਅੱਜ ਤਰ੍ਹਾਂ ਤਰ੍ਹਾਂ ਕਰਦੇ। ਕਮ ਸੋ ਕਮ ਇੰਨੀ ਮਹਿੰਗੀ ਬਿਜਲੀ ਫਿਰ ਆ ਹੀ ਨਹੀਂ ਰਹੀ, ਬਿਜਲੀ ਜੇ ਬਿਜਲੀ ਨਹੀਂ ਆਉਣੀ ਤਾਂ ਬਿੱਲ ਕਿੱਥੋਂ ਆਉਣੇ। ਸੋ ਇਹ ਸਾਰੀਆਂ ਗੱਲਾਂ ਅੱਜ ਦੇਖਣ ਵਾਲੀਆਂ। ਮੈਂ ਤਾਂ ਬੇਨਤੀ ਕਰਾਂਗੀ ਸਾਰੇ ਪੱਛਮੀ ਜਲੰਧਰ ਦੇ ਸਾਰੇ ਵੋਟਰਾਂ ਨੂੰ ਕਿ ਸੋਚ ਸਮਝ ਕੇ ਵੋਟ ਪਾਓ, ਤੁਹਾਡੀ ਵੋਟ ਦਾ ਹੱਕਦਾਰ ਕੌਣ ਹੈ। ਸ਼੍ਰੋਮਣੀ ਅਕਾਲੀ ਦਲ ਦੀ ਜਦੋਂ ਸਰਕਾਰ ਸੀ, ਬਾਦਲ ਸਾਹਿਬ ਨੇ ਤੁਹਾਡੇ ਸੰਗਤ ਦਰਸ਼ਨ ਆ ਕੇ ਕੀਤੇ, ਹਰ ਇੱਕ ਦੀ ਫਰਿਆਦ ਸੁਣੀ, ਹਰ ਇੱਕ ਦੀ ਗੱਲ ਸੁਣੀ। ਕੋਈ ਮਹੱਲਾ ਕੋਈ ਸ਼ਹਿਰ ਵਾਸੀ ਇਹ ਨਹੀਂ ਕਹਿ ਸਕਦਾ ਕਿ ਸਾਡੀ ਕੋਈ ਗੱਲ ਨਹੀਂ ਸੁਣੀ ਗਈ। ਮੈਂ ਇਹ ਬੇਨਤੀ ਕਰਾਂਗੀ ਕਿ ਇੱਕ ਇੱਕ ਵੋਟ ਜਿਹੜੀ ਹੈ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਸੁਰਜੀਤ ਕੌਰ ਨੂੰ ਪਾਓ, ਤਾਂ ਜੋ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ, ਦੇਖੋ ਇਹਦੇ ਨਾਲ ਨਾ ਸਰਕਾਰ ਟੁੱਟਣੀ ਹੈ ਅਤੇ ਨਾ ਸਰਕਾਰ ਬਣਨੀ ਹੈ। ਇਸ ਗੱਲ ਦਾ ਸਾਨੂੰ ਗਿਆਨ ਹੈ ਵੀ ਜਿਹੜਾ ਅੱਜ ਜਿੱਤੇਗਾ ਉਸ MLA ਦੇ ਨਾਲ ਸਰਕਾਰ ਨਾ ਬਣਨੀ ਹੈ ਅਤੇ ਨਾ ਹੀ ਟੁੱਟਣੀ, ਸਰਕਾਰ ਤਾਂ ਉਹੀ ਰਹਿਣੀ ਹੈ। ਪਰ ਇਹਨਾਂ ਦਾ ਆਪਣਾ ਬੁਰਾ ਹਾਲ ਹੈ, ਮੈਨੂੰ ਨਹੀਂ ਲੱਗਦਾ ਕਿ ਇਹ ਸਰਕਾਰ ਜਿਹੜੀ ਅੱਗੋਂ ਸਟੇਬਲ ਰਹਿ ਸਕੇ। ਇਹਨਾਂ ਦੇ ਆਪਣੇ ਦੌੜ ਲੱਗੀ ਹੋਈ ਹੈ ਵੀ ਕਿਸੇ ਢੰਗ ਨਾਲ ਸਰਦਾਰ ਭਗਵੰਤ ਸਿੰਘ ਮਾਨ ਨੂੰ ਅਸੀਂ ਲਾ ਕੇ ਛੱਡਣਾ, ਉਹਦੀ ਦੌੜ ਲੱਗੀ ਹੈ, ਪੂਰਾ ਟੱਬਰ ਇੱਥੇ ਲੱਗਾ ਹੋਇਆ। ਚਲੋ ਕੰਮ ਕਰਨਾ ਉਹਨਾਂ ਨੇ, ਉਹਨਾਂ ਦੀ ਡਿਊਟੀ ਹੈ, ਉਹਨਾਂ ਦਾ ਫਰਜ਼ ਬਣਦਾ ਹੈ ਕਿ ਉਹ ਆਪ ਪ੍ਰਚਾਰ ਕਰਨ। ਪਰ ਮੈਨੂੰ ਇੱਕ ਗੱਲ ਦਾ ਅਫਸੋਸ ਵੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਸਾਡੇ ਨੇ ਜਦੋਂ ਟਿਕਟ ਦਿੱਤੀ ਉਦੋਂ ਬੜੇ ਸਾਨੂੰ ਜ਼ੋਰ ਲਾ ਕੇ, ਅਸੀਂ 5-6 ਦਿਨ ਲਗਾਤਾਰ ਲੱਗੇ ਰਹੇ, ਕੈਂਡੀਡੇਟ ਲੱਭਾ ਔਰ ਬੜਾ ਸੋਚ ਸਮਝ ਕੇ ਕੁਰਬਾਨੀ ਵਾਲਾ ਪਰਿਵਾਰ, ਪੂਰਾ ਪੱਕਾ ਅਕਾਲੀ ਦਲ ਦਾ ਪਰਿਵਾਰ ਜਿਹਨੇ ਸਾਰੀ ਜ਼ਿੰਦਗੀ 45-50 ਸਾਲ ਲਾ ਤੀ, ਉਹਨੂੰ ਅਸੀਂ ਲੱਭ ਕੇ ਬਾਦਲ ਸਾਹਿਬ ਦੇ ਕਹਿਣ ਦੇ ਉੱਤੇ ਕੈਂਡੀਡੇਟ ਨੂੰ ਅਸੀਂ ਡਿਊਟੀ ਦਿੱਤੀ। ਪਰ ਮੈਨੂੰ ਸਾਨੂੰ ਦੁੱਖ ਲੱਗਾ ਕਿ ਅੱਜ ਉਹ ਸਾਡੇ ਕੈਂਡੀਡੇਟ ਤੋਂ ਬਾਗੀ ਹੋ ਗਏ। ਤੁਸੀਂ ਪ੍ਰੈਸ ਵਾਲੇ ਸਾਨੂੰ ਬਾਗੀ ਨਾ ਕਿਹਾ ਕਰੋ, ਕਿਉਂਕਿ ਅਸੀਂ ਬਾਗੀ ਨਹੀਂ ਹੈ, ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਵਫ਼ਾਦਾਰ ਸਿਪਾਹੀ ਹਾਂ। ਸ਼੍ਰੋਮਣੀ ਅਕਾਲੀ ਦਲ ਦੇ ਵਫ਼ਾਦਾਰ ਸਿਪਾਹੀ ਹੋਣ ਦੇ ਨਾਤੇ ਜਿਹਨੂੰ ਟਿਕਟ ਪ੍ਰਧਾਨ ਸਾਹਿਬ ਨੇ ਦਿੱਤੀ ਅਸੀਂ ਉਹਦੀ ਮਦਦ ਕਰ ਰਹੇ ਹਾਂ। ਚੋਣ ਨਿਸ਼ਾਨ ਤੱਕੜੀ ਹੈ ਪੰਥ ਦਾ, ਜਦੋਂ ਅਸੀਂ ਪੰਥ ਦੇ ਚੋਣ ਨਿਸ਼ਾਨ ਤੱਕੜੀ ਉੱਤੇ ਗੱਲ ਕਰ ਰਹੇ ਹਾਂ, ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਦੀ ਗੱਲ ਕਰ ਰਹੇ ਹਾਂ, ਫਿਰ ਅਸੀਂ ਬਾਗੀ ਕਿੱਦਾਂ ਹੋਏ? ਬਾਗੀ ਤਾਂ ਉਹ ਹੋਏ ਜਿਹੜੇ ਆਪਣੇ ਕੈਂਡੀਡੇਟ ਨੂੰ ਛੱਡ ਕੇ ਮੈਦਾਨ ਦੇ ਵਿੱਚ ਅਤੇ ਹਾਥੀ ਉੱਤੇ ਚੜ੍ਹ ਜਾਣ। ਸੋ ਇਸ ਗੱਲ ਦਾ ਵੀ ਮੈਂ ਨਿੰਦਾ ਕਰਦੀ ਹਾਂ ਅਤੇ ਨਾਲੇ ਬੇਨਤੀ ਕਰਾਂਗੀ ਸਾਰਿਆਂ ਨੂੰ, ਤੁਸੀਂ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਕਰੋ ਤਾਂ ਜੋ ਜਿਹੜੇ ਗਲਤੀ ਕਰ ਰਹੇ ਹੈ, ਸਾਡੇ ਜ਼ਿਲ੍ਹੇ ਦੀ ਜਥੇਬੰਦੀ ਵੀ ਕੁਝ ਗਲਤੀ ਕਰ ਰਹੀ ਹੈ, ਇਹਨਾਂ ਨੇ ਪੂਰਾ ਨੁਕਸਾਨ ਕੀਤਾ, ਅਤੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗੀ ਕਮ ਸੋ ਕਮ ਸੋਚੋ ਕਿ ਜੇ ਆਪਣਾ ਝੰਡਾ ਨੀਵਾਂ ਹੋਏਗਾ ਤਾਂ ਕਿਸੇ ਦਾ ਕੀ ਜਾਂਦਾ, ਨੁਕਸਾਨ ਪਾਰਟੀ ਦਾ ਹੁੰਦਾ, ਨੁਕਸਾਨ ਪਾਰਟੀ ਦੇ ਵਰਕਰਾਂ ਦਾ ਦਿਲ ਟੁੱਟਦਾ। ਸੋ ਜਿੰਨੀ ਵੋਟ ਵੱਧ ਪਵੇਗੀ ਓਨਾ ਸਾਡੇ ਵਰਕਰਾਂ ਦਾ ਹੌਸਲਾ ਬੁਲੰਦ ਹੋਏਗਾ। ਸੋ ਮੈਂ ਸਾਰਿਆਂ ਨੂੰ ਸਿਰਫ ਇੰਨੀ ਬੇਨਤੀ ਕਰਨੀ ਹੈ, ਸਾਰੇ ਰਲ ਕੇ ਬੀਬੀ ਸੁਰਜੀਤ ਕੌਰ ਜੀ ਸਾਡੇ ਕੈਂਡੀਡੇਟ ਨੇ,
ਇਮਾਨਦਾਰੀ ਦੇ ਨਾਲ ਪਰਿਵਾਰ ਤੁਰਿਆ ਹੋਇਆ, ਕੁਰਬਾਨੀ ਵਾਲਾ ਪਰਿਵਾਰ ਹੈ, ਪੱਕਾ ਪਰਿਵਾਰ ਹੈ। ਸਰਦਾਰ ਜਥੇਦਾਰ ਪ੍ਰੀਤਮ ਸਿੰਘ ਜੀ ਬੜੀ ਕੁਰਬਾਨੀ ਉਹਦੀ, ਉਹਨੇ ਸਾਰੀ ਜ਼ਿੰਦਗੀ ਲਾਤੀ ਸ਼੍ਰੋਮਣੀ ਅਕਾਲੀ ਦਲ ਪਿੱਛੇ। ਅਤੇ ਜੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਉਸ ਉਮੀਦਵਾਰ ਨੂੰ ਤੁਸੀਂ ਧੱਕਾ ਦਿਓਗੇ ਜਾਂ ਉਹਨੂੰ ਧੋਖਾ ਕਰੋਗੇ, ਸਾਡਾ ਭਲਾ ਕਿੱਥੋਂ ਹੋਏਗਾ? ਸੋ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਮੇਰੇ ਵੀਰਾਂ ਨੂੰ ਮੇਰੀ ਬੇਨਤੀ ਹੈ ਕਿ ਇੱਕ ਇੱਕ ਵੋਟ ਪਾਓ ਤਾਂ ਜੋ ਪੰਥ ਜਿਹੜਾ ਚੜ੍ਹਦੀ ਕਲਾ ਦੇ ਨਾਲ ਆਪਣੀ ਸੇਵਾ ਕਰ ਸਕੇ। ਬਣੀ ਸੀ ਚੁੰਦਰ ਕੋਟ, ਇਹੀ ਬਣੀ ਸੀ, ਲੋਕਾਂ 'ਚ ਗਏ ਸੀ ਇਹ ਸਾਰੇ, ਦੋ ਤਾਂ ਮੇਰੇ ਲਾਗੇ ਹੀ ਬੈਠੇ ਆ, ਇਹ ਸਾਰੇ ਗਏ ਸੀ ਹਰ ਥਾਂ ਦੇ ਉੱਤੇ। ਉਹਨਾਂ ਲੋਕਾਂ ਨੇ ਕਿਹਾ ਸੀਗਾ ਕਿ ਕੁਝ ਗੱਲਾਂ 16 ਪੁਆਇੰਟ ਦਿੱਤੇ ਸੀਗੇ, ਉਹ 16 ਪੁਆਇੰਟ ਅਸੀਂ ਕਹਿ ਕੇ ਥੱਕ ਗਏ ਹਾਂ ਕਿ ਬਾਦਲ ਸਾਹਿਬ ਇਹ 16 ਪੁਆਇੰਟ ਲਾਗੂ ਕਰ ਦਿਓ, ਕਿਉਂਕਿ ਇਕੱਲੇ ਇਕੱਲੇ ਹਲਕੇ 'ਚੋਂ ਆਵਾਜ਼ ਆਈ ਹੈ। 100 ਹਲਕਾ ਗਾ ਕੇ ਆਏ ਸੀ, 100 ਹਲਕੇ 'ਚੋਂ ਵਰਕਰਾਂ ਦੀ ਆਵਾਜ਼ ਸੀ, ਤਾਂ ਹੀ ਤਾਂ ਸਾਰੇ ਵਰਕਰ ਨਿਰਾਸ਼ ਨਹੀਂ ਮੰਨਦੇ ਸੀ। ਲੋਕਾਂ ਨੂੰ ਪੁੱਛਿਆ ਕਿ ਕੀ ਕਰਨਾ ਚਾਹੀਦਾ ਅੱਗੇ, ਸਾਡਾ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਕਰਨ ਦਾ, ਲੋਕਾਂ ਨੂੰ ਸੁਚੇਤ ਕਰਨ ਦਾ ਫਿਲਹਾਲ ਪ੍ਰੋਗਰਾਮ। ਇਹਨਾਂ 2 ਮਿੰਟ ਕਰ ਲੈਂਦੇ ਕਿਉਂਕਿ ਤੁਸੀਂ ਫਿਰ ਚੱਲ ਜਾਣਾ, ਮੈਨੂੰ ਪਤਾ 6 ਵਜੇ। ਜਿਹੜੇ ਗਏ ਹੋਣਗੇ ਤੇ ਕਰ ਲੈਣਗੇ ਸਿੰਘ ਸਾਹਿਬ, ਮੇਰੀ ਗੱਲ ਸੁਣੋ, ਜਿਹੜੀ ਉਹ ਗੱਲ ਕਰਦੇ ਆ ਨਾ ਸੱਚਾ ਸਾਧ ਵਾਲੀ, ਮਾਫੀ ਮੰਗ ਲਈ, ਉਦੋਂ ਸਾਰੇ ਹੀ ਜਿਹੜੇ ਮਾਲਵੇ ਦੇ ਹਲਕਾ ਇਲੈਕਸ਼ਨ ਲੜ ਰਹੇ ਸੀ ਉਹਨਾਂ ਸਾਰਿਆਂ ਨੂੰ ਕਿਹਾ ਸੀਗਾ ਵੀ ਇਹਨਾਂ ਨੇ ਬੁਲਾਇਆ ਸੀ